ਜੀਵਨ ਹਾਂਜੀ ਓਏ ਉੱਠਤਾ ਹਾਏ ਕੀ ਹੋ ਗਿਆ ਵਾ ਉਹ ਨੂੰ ਗੁਰਦੁਆਰੇ ਤੇ ਖੜਨਾ ਗੁਰਦੁਆਰੇ ਤੇ ਖੜਨਾ ਵਾ ਟਾਈਮ ਕਿਉਂ ਆ ਕਿੱਡੀ ਘੋੜੇ ਵੇਚ ਕੇ ਸੁੱਤੀ ਆ ਕਿੰਨਾ ਟਾਈਮ ਹੋ ਗਿਆ ਘੋੜੇ ਕੀ ਵੇਚਣੇ ਆ ਰਾਤ ਅੱਧੀ ਰਾਤ ਤੱਕ ਫਾਇਲ ਲੱਗੀ ਰਹੀ ਮੈਂ ਹੈ ਥੋੜਾ ਕੰਮ ਹੁੰਦਾ ਵਿਆਹ ਦਾ ਆਪ ਤੁਸੀਂ ਆਰਾਮ ਨਾਲ ਸੌ ਗਏ ਅੰਦਰ ਵੜ ਕੇ ਮੇਰੀ ਗੱਲ ਸੁਣ ਆ ਨਾ ਹੁੰਦਾ ਤੇ ਭਾਵੇਂ ਲੰਬੇ ਪੀ ਲੈਂਦੀ ਮੇਰੀ ਗੱਲ ਸੁਣੋ ਮੈਂ ਤਾਂ ਤਿਆਰ ਹੋ ਕੇ ਤੇ ਗਈ ਕੁੜੀਆਂ ਵੱਲ ਅਸੀਂ ਅਸੀਂ ਜੇ ਤਿਆਰ ਹੋਣ ਡੇ ਸਾਨੂੰ ਟਾਈਮ ਲੱਗ ਜਾਣਾ ਤੇ ਮੈਂ ਥੱਕੀ ਟੁੱਟੀ ਆਣ ਕੇ ਲੰਮੇ ਪੈ ਗਈ ਤੇ ਮੈਨੂੰ ਆ ਗਈ ਨੀਂਦ ਤੇ ਹੁਣ ਇਹ ਚ ਮੇਰਾ ਕੀ ਕਸੂਰ ਵਾ ਮੈਂ ਤਾਂ ਬਾਹਰੋਂ ਤੋਂ ਫਿਰਦਾ ਤੋ ਤਾਂ ਮੈਂ ਚੱਲ ਹੁਣ ਉੜਦੀ ਹਾਂ ਹੁਣ ਉੜਦੀ ਹਾਂ ਹਾਂ ਉਹਨੂੰ ਨੀ ਪਤਾ ਲੱਗਦਾ ਕੁੜੀ ਨੂੰ ਮੈਂ ਆਪਣੀ ਨੂੰ ਆ ਜੀ ਮਾਰ ਲਾਂ ਮੈਂ ਉਹ ਚੱਲ ਉੜਦਾ ਹੁਣ ਤੇ ਗੱਲ ਨਾ ਕਰ ਮੇਰੀ ਗੱਲ ਤਾਂ ਸੁਣ ਜੋ ਹਾਂ ਦੱਸ ਕਿਨੂੰ ਕਿਨੂੰ ਖੜਨਾ ਗੁਰਦੁਆਰੇ ਜਿੰਨੇ ਕੁ ਜੀ ਹੈਗੇ ਇਹਨੇ ਕਿ ਤਾਂ ਲਾ ਕੇ ਕੜੀ ਆਪਣੇ ਮਹੱਲੇ ਚ ਕਿਸੇ ਨੂੰ ਦੇਣਾ ਸੁਣਾ ਉਹ ਤੂੰ ਛੱਡ ਪਰੇ ਜਿਹਨੇ ਕਿ ਆਪਣੇ ਘਰੋਂ ਜੀ ਹੈਗੇ ਨਾ ਦੀਦੀ ਪਹਿਲਾਂ ਮੇਕਅਪ ਕਰ ਦੇਣਾ ਸੀ ਤੁਸੀਂ ਕਹਿੰਦੇ ਸੀ ਕਿ ਮੈਂ ਕਰਕੇ ਦੇਵਾਂਗੀ ਓਹੋ ਕੋਈ ਨੀ ਭਾਬੀ ਗਰਮੀ ਪਤਾ ਕਿੰਨੀ ਆ ਬਾਹਰ ਮੇਕਅਪ ਤਾਂ ਉਦਾਂ ਹੀ ਪਿਘਲ ਕੇ ਡਿੱਗ ਜਾਣਾ ਵਾ ਥੱਲੇ ਕਿਤੇ ਨੀ ਹੁੰਦਾ ਕੁਛ ਏਦਾਂ ਹੀ ਸੋਹਣੇ ਲੱਗਣ ਡੇ ਤੁਸੀਂ ਸਿੰਪਲ ਸਗੋਂ ਵਧੀਆ ਵਾ ਕੀ ਕਰਨਾ ਘਰੇ ਮੇਕਅਪ ਕਰਕੇ ਇੱਥੇ ਤਾਂ ਜਾਣਾ ਵਾ ਗੁਰਦੁਆਰੇ ਜੇ ਆਪਾਂ ਨਹੀਂ ਮੈਂ ਤਾਂ ਕਹਿੰਦੀ ਹਾਂ ਤੁਸੀਂ ਕਹਿੰਦੇ ਨਾ ਮੈਂ ਕਰਕੇ ਦੇਵਾਂਗੀ ਕੋਈ ਨੀ ਹੁਣ ਨਾਲੇ ਤੁਸੀਂ ਸਮਾਨ ਤਾਂ ਲੈ ਕੇ ਨੀ ਆਉਂਦਾ ਹੈਗਾ ਚੱਜ ਦਾ ਕੋਈ ਗੱਲ ਨੀ ਕਿਤੇ ਕਿਸੇ ਦਿਨ ਜਾਵਾਂਗੇ ਸ਼ਹਿਰ ਤੇ ਵਧੀਆ ਸਮਾਨ ਲਿਆਵਾਂਗੇ ਤੇ ਫਿਰ ਕੋਈ ਨੀ ਮੇਕਅਪ ਕਰ ਲਿਆ ਕਰਾਂਗੇ ਲੈ ਕਿੰਨੀ ਸੋਹਣੀ ਲੱਗਣ ਡਈ ਆ ਹਾਏ ਹਾਏ ਮੇਕਅਪ ਦਾ ਬਿਨਾ ਹੀ ਨਹੀਂ ਸੋਹਣੀ ਲੱਗਣ ਡਈ ਆ ਮੇਰੀ ਚਾਚੀ ਦੀ ਲੋੜ ਹੀ ਨਹੀਂ ਆ ਮੰਮੀ ਉਦਾਂ ਹੀ ਬੜੇ ਵਧੀਆ ਲੱਗਦੇ ਤੁਸੀਂ ਤੈਨ ਹੋ ਗਈ ਆ ਹੈ ਸਾਰਾ ਮਹੱਲਾ ਆਉਣਾ ਉੱਥੇ ਗੁਰਦੁਆਰੇ ਵੋਟੀ ਵੇਖਣ ਅਗਲੇ ਕੀ ਕਹਿਣਗੇ ਜੀਵਨ ਦੀ ਨੌ ਆ ਹੈ ਪੂਰੀ ਹੈ ਟਿਪ ਟੌਪ ਤਿਆਰ ਕਰ ਇਹਨੂੰ ਗੱਲਾਂ ਤਾਂ ਕਰ ਬਹੁਤੀਆਂ ਕੋਈ ਨਹੀਂ ਕਰ ਦਿੰਦੀ ਆ ਫਿਰ ਮੈਂ ਲੈ ਆਉਂਦੀ ਆ ਆਹੋ ਕਰਕੇ ਦੇ ਮੇਕਅਪ ਸਾਰਾ ਇਹ ਵੀ ਜਾਨ ਹੀ ਬਚਾਉਂਦੀ ਰਹਿੰਦੀ ਆਪਣੀ ਉਹਦਾ ਪੁੱਤ ਤਾਂ ਬੜੀ ਸੋਹਣੀ ਲੱਗਣ ਡਈ ਆ ਹੈ ਆਹੋ ਇੱਕ ਗਰਮੀ ਜੀ ਹੋ ਗਈ ਆ ਨਾ ਗਰਮੀ ਦੇ ਵਿੱਚ ਫਿਰ ਉਹਦਾ ਬੁਰਾ ਹਾਲ ਹੋ ਜਾਂਦਾ ਬੰਦੇ ਦਾ ਤਾਂ ਕਹਿਣ ਡਈ ਹੋਣੀ ਆ ਹਾਂਜੀ ਤਾਂ ਹੀ ਦੀਦੀ ਕਹਿੰਦੇ ਆਹੋ ਉਸ ਤਰ੍ਹਾਂ ਪਿਓ ਕਾਲਾ ਪੈਣ ਡਿਆ ਵਾ ਕਿ ਤੁਸੀਂ ਅਜੇ ਤੱਕ ਗੁਰਦੁਆਰੇ ਕਿਉਂ ਨਹੀਂ ਗਏ ਧੁੱਪ ਗੋੜੇ ਗੋੜੇ ਚੜ ਗਈ ਹੈ ਤੇ ਵੋਟੀ ਨੂੰ ਸੁੱਤੇ ਸੁੱਤੇ ਲੈ ਕੇ ਜਾਣਾ ਸੀਗਾ ਹੈ ਤੇ ਇੱਕ ਗੱਲ ਹੋਰ ਵਾ ਪੁੱਤ ਉੱਥੇ ਜਦੋਂ ਗੁਰਦੁਆਰੇ ਜਾਏਗੀ ਨਾ ਜਿੰਨੀਆਂ ਸਿਆਣੀਆਂ ਜਨਾਨੀਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਵੀ ਚੰਗਾ ਠੀਕ ਏਦਾਂ ਪਤਾ ਲੱਗਦਾ ਵੀ ਚੰਗੀ ਖਾਨ ਦਾ ਜਿਹੜਾ ਧੀ ਪੁੱਤ ਵਾ ਠੀਕ ਵਾ ਨਾ ਕੋਈ ਨਹੀਂ ਆਹੋ ਜੱਸ ਪੁੱਤ ਟਿੱਕਾ ਵੀ ਲੈ ਆਈ ਚੰਗੀ ਤਰ੍ਹਾਂ ਤਿਆਰ ਕਰ ਲੈ ਨੌ ਨੂੰ ਆ ਜਾ ਹੁਣ ਅੱਗੇ ਬੜਾ ਬੜਾ ਹੋ ਗਿਆ ਵਾ ਆ ਗਈ ਆ ਟਿੱਕਾ ਟੁੱਕਾ ਵੀ ਲਾ ਲਈ ਟਿੱਕਾ ਮੰਮੀ ਹੈ ਨਹੀਂ ਆ ਭਾਬੀ ਦੇ ਕੋਲ ਸਮਾਨ ਤੁਹਾਨੂੰ ਮੈਂ ਦੱਸਿਆ ਤਾਂ ਹੈ ਨਹੀਂ ਵਧੀਆ ਉਹ ਜਿਹੜਾ ਇੱਕ ਲਾਇਆ ਸੀ ਕੱਲ ਉਹ ਹੁਣ ਥੋੜੀ ਚੰਗਾ ਲੱਗਣਾ ਵਾ ਵਾਰ ਵਾਰ ਨਹੀਂ ਤੇਰੇ ਕੋਲ ਇੰਨਾ ਸਮਾਨ ਹੈ ਨਹੀਂ ਟਿੱਕੇ ਤੂੰ ਆਪਣਾ ਲਾ ਦੇ ਮੈਂ ਆਪਣਾ ਸਾਂਭਿਆ ਹੋਇਆ ਵਾ ਹੁਣ ਨਹੀਂ ਉਹ ਲੱਭਣਾ ਵੇਖਾਂ ਹਾਂ ਲੱਭਣਾ ਨੀਗਾ ਇੱਕ ਤੇ ਨਾ ਬਹੁਤੀਆਂ ਅਣਗਹਿਰੀਆਂ ਕਰਦੀ ਆ ਕੰਮ ਚੋਰ ਕੇ ਥਾਂ ਦੀ ਉਹ ਕੋਈ ਨਹੀਂ ਅੱਜ ਨਹੀਂ ਟਿੱਕਾ ਲਾਇਆ ਵਧੀਆ ਲੱਗਣਾ ਕੱਲ ਲਾਇਆ ਸੀ ਕੋਈ ਨਹੀਂ ਅੱਜ ਇਦਾਂ ਸਿੰਪਲ ਸਹੀ ਆ ਥੋੜਾ ਜਿਹਾ ਮੇਕਅਪ ਕਰ ਲੈਂਦੇ ਆ ਤਾਂ ਚਲ ਕਰਦੇ ਫਿਰ ਚੰਗੀ ਤਰ੍ਹਾਂ ਕਰੀ ਤਿਆਰ ਹੁਣ ਕੋਈ ਨਹੀਂ ਚੰਗੀ ਤਰ੍ਹਾਂ ਹੀ ਕਰੂੰਗੀ ਮੈਂ ਕਿਹਾ ਅਸੀਂ ਨਾਲ ਦੇ ਸਹੁਰੇ ਫੋਨ ਲਾ ਕੇ ਤੇਰੀ ਕੁੜੀ ਨਾਲ ਗੱਲ ਕਰਦੇ ਪੁੱਤ ਕਿੱਦਣ ਉਹਨਾਂ ਦੀ ਸੌ ਤਿਆਰੀਆਂ ਹੁੰਦੀਆਂ ਮੇਰੀ ਗੱਲ ਸੁਣ ਜੀ ਤੇ ਮੇਰਾ ਵੀ ਕਰਦਾ ਵੀ ਚੱਲ ਕੁੜੀ ਆਵੇ ਤੇ ਸਾਨੂੰ ਮਿਲੇ ਪਰ ਇਹ ਆ ਵੀ ਇੰਨੀ ਕਾਹਲੀ ਨਾ ਕਰ ਤੇ ਜੇ ਗੱਲ ਕਰਨੀ ਆ ਤਾਂ ਉਹਦੀ ਸੱਸ ਨਾਲ ਕਰ ਉਹ ਮੇਰੇ ਮੋਬਾਈਲ ਦੇ ਵਿੱਚ ਨਾ ਉਹਦਾ ਨੰਬਰ ਹੈਗਾ ਜੀ
ਉਹਨੂੰ ਕਹੀ ਵੀ ਭੈਣ ਜੀ ਇਹਨਾਂ ਨੂੰ ਘੱਲ ਦੋ ਹੈ, ਨਾਲੇ ਉਹਨਾਂ ਨੂੰ ਵੀ ਕਹੀ ਵੀ ਤੁਸੀਂ ਆਪ ਵੀ ਆ ਜਾਓ ਨਾਲ। ਠੀਕ ਹੈ ਨਾ, ਫਿਰ ਵੀ ਅਗਲੀ ਕਹੂਗੀ ਵੀ ਚੱਲ ਮੈਨੂੰ ਉਹਨਾਂ ਪੁੱਛਿਆ ਵਾ। ਠੀਕ ਹੈ ਕਿ ਨਹੀਂ, ਸਾਡਾ ਫਰਜ਼ ਬਣਦਾ ਉਹਨਾਂ ਦਾ ਆਦਰ ਸਤਿਕਾਰ ਕਰਨ ਦਾ। ਤੇ ਜੇ ਸਿੱਧੀ ਕੁੜੀ ਨਾਲ ਗੱਲ ਕਰਾਂਗੇ ਤੇ ਐਵੇਂ ਅਗਲੀ ਗੁੱਸਾ ਕਰੂਗੀ। ਮੈਂ ਕਿਹਾ ਇਹ ਨਾ ਹੋਏ ਵੀ ਮੈਂ ਫੋਨ ਲਾਵਾਂ ਤੇ ਉਹਦਾ ਸਹੁਰਾ ਚੁੱਕ ਲੇ। ਚੱਲ ਜੇ ਉਹ ਕਹੂਗਾ ਤੇ ਤੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਆਖੀ ਭੈਣ ਜੀ ਨਾਲ ਗੱਲ ਕਰਾ ਦੋ। ਚਲੋ ਕੋਈ ਨੀ, ਫਿਰ ਮੈਂ ਲਾਵਾਂ ਫੋਨ ਭਲਾ। ਆਹੋ ਕਰ ਲਈ ਗੱਲ, ਹੈ ਲੰਮੀ ਆਹੋ ਦੀ ਸੱਸ ਨਾਲ ਗੱਲ ਕਰੀ, ਉਹ ਆਪਣੀ ਮਰਜ਼ੀ ਨਾਲ ਘੱਲੂਗੀ ਤੇ ਫਿਰ ਵਧੀਆ। ਭਾਜੀ ਚੁੱਕ ਵੀ ਲੋਗ ਕਹਿ ਦੂੰਗੀ ਵੀ ਭੈਣ ਜੀ ਉਹਨਾਂ ਨਾਲ ਗੱਲ ਕਰਾਏ। ਆਹੋ ਠੀਕ ਹੈ, ਇਦਾਂ ਕਰ ਲਈ। ਚਲੋ ਕੁੜੀ ਆਊਗੀ, ਚਲੋ ਕਿਤੇ ਰੌਣਕ ਮੇਲਾ ਲੱਗੂਗਾ, ਘਰ ਹੀ ਸੁੰਨਾ ਹੋ ਗਿਆ। ਤੇ ਅੱਗੇ ਜੀ ਕਿੰਨੇ ਹਾਂ, ਤਿੰਨ ਜਾਣੇ ਤੇ ਹੈਗੇ ਹਾਂ ਘਰ 'ਚ, ਕੁੜੀ ਚੱਲ ਗਈ ਸਹੁਰੇ ਤੇ ਅਸੀਂ ਰਹਿ ਗਏ ਇਕੱਲੇ। ਚਲੋ ਕੀ ਕਰਨਾ ਹੁਣ ਫਿਰ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ? ਅੱਛਾ ਨਵ ਦੀ ਮੰਮੀ, ਹੋਰ ਸੁਣਾ ਭੈਣ ਜੀ, ਠੀਕ ਠਾਕ ਜੇ? ਅੱਛਾ 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 ਅੱਛਾ, ਠੀਕ ਆ ਠੀਕ ਆ ਠੀਕ ਆ। ਹਾਂਜੀ, ਨੰਬਰ ਤਾਂ ਨਹੀਂ ਮੈਨੂੰ ਪਤਾ। ਹਾਂਜੀ ਹਾਂਜੀ, ਹਾਂ ਨਵ ਵੀ ਠੀਕ ਵਾ। ਹਾਂਜੀ, ਗੁਰਦੁਆਰੇ ਮੱਥਾ ਟੇਕ ਕੇ ਆਈ ਹਾਂ, ਜੇ ਤੁਰੇ ਆਉਣ ਡੇ। ਹਾਂਜੀ ਹਾਂਜੀ, ਹੋਰ ਸੁਣਾਓ ਭਾਜੀ ਨੂੰ, ਠੀਕ ਜੇ? ਠੀਕ ਆ। ਇਹ ਫੇਰਾ ਭੈਣ ਜੀ, ਵੇਖੋ ਮੇਰੀ ਗੱਲ ਸੁਣੋ, ਅਜੇ ਕੱਲ੍ਹ ਤਾਂ ਵਿਆਹ ਹੋਇਆ ਵਾ ਅਤੇ ਅੱਜ ਗੁਰਦੁਆਰੇ ਸਾਰੀਆਂ ਰਸਮਾਂ ਤੁਹਾਨੂੰ ਪਤਾ ਕਿੰਨੀਆਂ ਹੁੰਦੀਆਂ ਵਾ। ਹਾਂਜੀ, ਅਤੇ ਇੱਕ ਦੋ ਦਿਨ ਤਾਂ ਨਹੀਂ ਅਜਿਹਾ ਟਾਈਮ ਹੈਗਾ, ਅਤੇ ਕੋਈ ਗੱਲ ਨਹੀਂ, ਬਾਕੀ ਮੈਂ ਨਾ ਤਾਂ ਡੈਡੀ ਨਾਲ ਸਲਾਹ ਕਰ ਲੈਂਦੀ ਹਾਂ ਅਤੇ ਤੁਹਾਨੂੰ ਦੱਸ ਦੂੰਗੀ ਫਿਰ ਮੈਂ। ਹਾਂਜੀ ਹਾਂਜੀ, ਹਾਂ ਸਭ ਠੀਕ ਠੀਕ ਠਾਕ ਜੀ। ਚੰਗਾ ਭੈਣ ਜੀ, ਸਤਿ ਸ਼੍ਰੀ ਅਕਾਲ। ਕਿਹਦਾ ਫੋਨੀ? ਨਵ ਦੀ ਮਾਂ ਦਾ। ਇਹ ਕੀ ਕਹਿਣ ਡੇ ਹੁਣ? ਕਹਿਣਾ ਕੀ ਆ, ਫੇਰੇ ਵੱਲੋਂ ਕਹਿਣ ਡਈ ਆ। ਇੱਡੀ ਜਲਦੀ ਇਹਨਾਂ ਨੂੰ ਫੇਰੇ ਦੀ ਅੱਗ ਵੀ ਲੱਗ ਗਈ ਆ, ਅਜੇ ਕੱਲ੍ਹ ਤੋਂ ਉੱਥੋਂ ਆਈ ਇਹ। ਨਹੀਂ ਥੋੜ੍ਹਾ ਜਿਹਾ ਖੋਲੀ ਬੋਲਿਆ ਕਰ, ਹੋਣੀ ਜਦੋਂ ਨਹੀਂ ਉਦੋਂ ਵੱਢ ਖਾਣ ਨੂੰ ਪੈਂਦੀ ਆ। ਕਿਤੇ ਚੱਜ ਨਾਲ ਬੋਲ ਪਿਆ ਕਰ, ਕੋਈ ਤੀਜਾ ਬੰਦਾ ਸੁਣੂਗਾ ਤੇ ਕੀ ਕਹੂਗਾ ਤੈਨੂੰ? ਹੈਂ ਵੀ ਕੂਣ ਦੀ ਅਕਲ ਨਹੀਂ ਦਿੱਤੀ, ਗੱਲ ਤੇ ਫੇਰ ਆ ਕੇ ਮੇਰੇ ਸਿਰ ਤੇ ਵਰਨੀ ਆ ਵੀ ਮਾਂ ਦਾ ਪੌੜਾ ਸਾਰਾ, ਹਨਾ? ਤੇ ਮੈਂ ਕੀ ਕਿਹਾ ਵਾ, ਮੈਂ ਇਹੀ ਕਹਿਣਾ ਵੀ ਅਜੇ ਕੱਲ੍ਹ ਤੋਂ ਉੱਥੋਂ ਆਈ ਆ, ਇੱਡੀ ਜਲਦੀ ਹੁਣ ਫੇਰਾ ਪਵਾਉਣ ਚੱਲ ਜਾਓ, ਵਿਹਲੇ ਆ, ਇਹਨਾਂ ਨੂੰ ਨੀ ਪਤਾ ਵੀ ਘਰ ਇੰਨੇ ਕੰਮ ਹੁੰਦੇ ਆ, ਪਰਾਹੁਣੇ ਸੌ ਆਏ ਹੁਣ ਇੱਥੇ। ਚੱਲ ਕੋਈ ਗੱਲ ਨੀ, ਜਦੋਂ ਧੀ ਪੁੱਤ ਵੀ ਆਈਏ ਨਾ, ਆ ਦੋ ਚਾਰ ਵਾਰੀ ਫੇਰੇ ਫਾਰੇ ਤੇ ਹੁੰਦੇ ਹੀ ਹੁੰਦੇ ਆ, ਤਾਂ ਉਹਦੇ ਮਾਰਨੇ ਹੀ ਮਾਰਨੇ ਆ, ਠੀਕ ਵਾ ਨਾ? ਚਲੋ ਕੋਈ ਨੀ, ਕਿਸੇ ਵਿਹਲੇ ਟਾਈਮ ਚੱਲ ਜਾਂਗੇ ਫੇਰੇ ਦੀ ਯਾਦ ਤੇ। ਥੋੜਾ ਜਿਹਾ ਨਾ ਧਿਆਨ ਨਾਲ ਰਿਹਾ ਕਰ, ਚੰਗਾ? ਅੱਗੇ ਸਾਰੇ ਮੇਰੇ ਗੱਲ ਪੈਂਦੇ ਵੀ ਤੂੰ ਭੂਏ ਚੜਾਈ ਆਏ, ਜਦੋਂ ਨੇ ਉਹਦਾ ਮੂੰਹ ਚੁੱਕ ਕੇ ਇੱਥੇ ਆ ਜਾਂਦੀ ਆ, ਕਰਾਂ ਤੇ ਕਰਾਂ ਕੀ ਮੈਂ, ਪੌੜਾ ਖਾਨਾ ਉਤਰਾ। ਚੱਲ ਵੇਖਾਂ ਜਾ ਕੇ। ਰੁਕਿਓ, ਮੈਂ ਕਿਹਾ ਹੋ ਗਈ ਉਹਦੀ ਸੱਸ ਨਾਲ ਹੀ ਗੱਲ, ਉਹਨੇ ਚੁੱਕ ਲਿਆ ਸੀ ਫੋਨ। ਅੱਛਾ, ਮੈਂ ਆਖਿਆ ਵੀ ਆਉਣ ਵੱਲੋਂ ਤੇ ਕਹਿੰਦੇ ਵੀ ਭੈਣ ਜੀ ਥੋੜੇ ਜਿਹੇ ਦਿਨ ਰੁਕੋ, ਅੱਜ ਤੇ ਗੁਰਦੁਆਰੇ ਲੈ ਕੇ ਚੱਲਨੇ ਆ। ਅੱਛਾ, ਤੇ ਇਹ ਆ ਵੀ ਪਰਾਹੁਣੇ ਪਰਾਹੁਣੇ ਆਏ ਨੇ, ਠੀਕ ਆ, ਕੋਈ ਨੀ, ਬਾਕੀ ਤੁਹਾਨੂੰ ਅਸੀਂ ਫੋਨ ਕਰਕੇ ਦੱਸ ਦਾਂਗੇ। ਇੱਕ ਵਾਰੀ ਤੇ ਦੋਵੇਂ ਜੀ ਮਿਲ ਜਾਣਗੇ, ਮੁੜ ਕੇ ਆਏਗੀ ਤੇ ਆਣ ਕੇ ਤੁਸੀਂ ਲੈ ਜਾਓ, ਕੋਈ ਗੱਲ ਨੀ। ਫਿਰ ਕੀ, ਓਦਾਂ ਮੈਂ ਵੀ ਮੈਨੂੰ ਜਾਪਦੇ ਬੰਦੇ ਚੰਗੇ ਆ, ਹਨਾ? ਨਹੀਂ, ਬੜੀ ਸੋਹਣੀ ਗੱਲ, ਕੁੜੀ ਜੀ ਉਹਦਾ ਚਾਅ ਮਲਾਵਾ ਵਾ ਕਰਨ ਡਏ ਆ, ਗੱਲ ਬੜੀ ਸੋਹਣੀ ਆ, ਸਿਆਣੀ ਜਨਾਨੀ ਆ ਉਹ, ਚੱਲ ਘਰ ਬਾਰ ਵੀ ਵਧੀਆ ਵਾ, ਹੈ ਤੇ ਜੀ ਵੀ ਚੰਗੇ ਆ, ਨਾਲੇ ਸਾਡੀ ਕੁੜੀ ਉੱਥੇ ਖੁਸ਼ ਵਾ ਤੇ ਸਾਡਾ ਵਧੀਆ ਟਾਈਮ ਲੰਘ ਜੂਗਾ। ਇਹ ਵੀ ਗੱਲ ਵਾ ਨਾ, ਘੱਟੇ ਮਿੱਟੀ ਤੋਂ ਬਚ ਗਈ ਵਿਚਾਰੀ, ਇੱਥੇ ਤੇ ਸਾਰਾ ਸਾਰਾ ਦਿਨ ਕਿਤੇ ਘੱਟੇ ਚ ਰੋਲ ਜਾਂਦੀ ਸੀ, ਸਾਰਾ ਥਾਂ ਪੱਕਾ ਪੁੱਕਾ ਉਹਨਾਂ ਦਾ, ਹਨਾ? ਚੱਲ ਗੋਇਆ ਪੁੱਛਾ ਫਿਰ ਉਹਦੇ ਬਚੀ ਆ ਨਾ। ਚੱਲ ਇੰਨਾ ਹੀ ਬੜਾ ਵਾ, ਮੇਰੀ ਧੀ ਇੱਥੇ ਸੁੱਖ ਲਏਗੀ, ਨਾਲੇ ਸਾਡੀ ਤਾਂ ਲੰਘ ਹੀ ਜਿਹੜੀ ਲੰਘਣੀ, ਹਨਾ? ਤੇ ਇਹ ਆ ਵੀ ਉਹ ਆਪਣੀ ਸਾਰੀ ਜ਼ਿੰਦਗੀ ਉੱਥੇ ਸੁੱਖ ਲਊਗੀ ਤੇ ਇੰਨੇ ਨਾਲ ਸਾਡਾ ਮਨ ਖੁਸ਼ ਵਾ। ਆਪਾਂ ਵੀ ਜਾ ਕੇ ਰਹਿ ਲਿਆ ਕਰਾਂਗੇ, ਫਿਰ ਕੀ? ਉਹ ਚੱਲ ਕੁੜਮਾਂ ਦੇ ਪਿੰਡ ਰਹਿੰਦੇ ਆ, ਚੰਗੇ ਥੋੜ੍ਹਾ ਲੱਗੀਦਾ ਵਾ, ਏਦਾਂ ਹੀ ਆ ਕਿਤੇ ਕਦੀ ਕਦਾਈ ਕਿਤੇ ਗਏ ਤੇ ਇੱਕ ਅੱਧੀ ਰਾਤ ਰਹਿ ਲਿਆ, ਠੀਕ ਹੈ ਨਾ?
ਚਲੋ ਫਿਰ ਕੋਈ ਗੱਲ ਨੀ, ਦੱਸਣਗੇ ਹੁਣ ਆਪੇ ਫੋਨ ਲਾ ਕੇ ਸਾਡਾ ਇਹੀ ਭਲਾ ਹੋਏ ਵਿਚੋਲਿਆਂ ਦਾ ਜਿਹਨੇ ਏਦਾਂ ਦਾ ਰਿਸ਼ਤਾ ਲੱਭ ਕੇ ਦਿੱਤਾ। ਕੁੜੀ ਏਦਾਂ ਸੌਖੀ ਆ ਸਾਡੀ। ਚਲੋ ਇਹ ਗੱਲ ਵਾ ਵੀ ਵਿਚੋਲੇ ਵੀ ਚੰਗੇ ਰਹੇ, ਉਹਨਾਂ ਚੰਗਾ ਥਾਂ ਲੱਭ ਕੇ ਦਿੱਤਾ ਵਾ, ਬਾਕੀ ਕਿਸੇ ਧੀ ਭੈਣ ਦੇ ਆਪਣੇ ਕਰਮਾਂ ਵੀ ਹੁੰਦੇ ਆ, ਠੀਕ ਹੈ ਨਾ। ਤੇ ਸੋਹਣੀ ਵੇਖਿਆ ਕਿੰਨੀ ਲੱਗਣ ਦੀ, ਸਾਡੀ ਕੁੜੀ ਨੇ ਵਿਚਾਰੀ ਨੇ ਕਦੀ ਦੰਦੋ ਦੰਦ ਨਹੀਂ ਚੁੱਕਿਆ, ਇੱਥੇ ਆਂਢ ਗੁਆਂਢ ਪਤਾ ਨਹੀਂ ਹੁੰਦਾ ਵੀ ਕੁੜੀ ਹੈਗੀ ਆ ਇਹਨਾਂ ਦੀ ਘਰ। ਮੈਂ ਕਿਹਾ ਵਿਆਹ ਵਾਲੇ ਦਿਨ ਵੇਖਿਆ ਕਿੱਡੀ ਸੋਹਣੀ ਲੱਗਣ ਦੀ, ਮੈਂ ਤਾਂ ਨਾ ਅੱਖ ਭਰ ਕੇ ਉਹਦੇ ਵੱਲ ਵੇਖਿਆ ਵੀ ਨਹੀਂ ਚੱਜ ਨੇ ਵੀ ਕਿਤੇ ਮੇਰੀ ਨਜ਼ਰ ਹੀ ਨਾ ਲੱਗ ਜੇ। ਚੱਲ ਮਹਾਰਾਜ ਦੇ ਅੱਗੇ ਨਾ ਅਰਦਾਸ ਕਰਿਆ ਕਰ, ਅਤੇ ਬੜਾ ਵਧੀਆ ਹੋ ਗਿਆ ਵਾ, ਇਹੋ ਕਿਹਾ ਕਰ ਵੀ ਮਹਾਰਾਜ ਸਾਰਿਆਂ ਨੇ ਧੀਆਂ ਭੈਣਾਂ ਨੂੰ ਇੱਦਾਂ ਚੰਗੇ ਘਰ ਮਿਲਣ, ਠੀਕ ਆ ਕਿ ਨਹੀਂ। ਕੁੜੀਆਂ ਸੁਖੀ ਹੋਣ ਤਾਂ ਸਾਰਾ ਕੁਝ ਠੀਕ ਹੁੰਦਾ ਵਾ। ਕਰ ਲਾ ਮੈਂ ਵੀ ਕੰਮ ਕਰ, ਮੁੜ ਕੇ ਕੀਤਾ ਉਹਨਾਂ ਕਿੱਦਣ ਫੋਨ ਕਰ ਦੇਣਾ, ਮੈਂ ਤਾਂ ਸਫਾਈਆਂ ਸਫਾਈਆਂ ਕਰ ਲਈ। ਚੱਲ ਆਪਣਾ ਮਾੜਾ ਮੋਟਾ ਥਾਂ ਤੂੰ ਸਵਾਰਦੀ ਰਹਿ, ਜਿੱਦਣ ਉਹ ਕਹਿਣਗੇ ਅਤੇ ਉਹਨਾਂ ਨੂੰ ਕਹੀ ਵੀ ਆ ਜਾਓ। ਚਲੋ ਠੀਕ ਆ ਹੈ ਨਾ। ਹਾਂਜੀ ਚੱਲ ਠੀਕ। ਚੱਲ ਕੰਮ ਤਾਂ ਮੁੱਕ ਗਏ ਸਾਰੇ ਹੁਣ, ਲਾਗੀਆਂ ਦੇ ਲਾਗ ਲੋਕ ਸਭ ਕੋਲ ਦਿੱਤਾ ਗਿਆ, ਪਰ ਇੱਕ ਸੋਚ ਆਈ ਮੇਰੇ ਦਿਮਾਗ ਵਿੱਚ, ਕੱਲ੍ਹ ਜਿਹੜੀ ਕੁੜੀ ਨੇ ਮੇਰੇ ਨਾਲ ਗੱਲ ਕੀਤੀ ਆ ਦੇਣ ਲੈਣ ਦੀ, ਗੱਲ ਤਾਂ ਉਹਦੀ ਵੀ ਕਿਤੇ ਨਾ ਕਿਤੇ ਸੱਚੀ ਆ। ਹੈਂ ਸਗਨ ਲੰਘ ਗਿਆ ਇਹਨਾਂ ਤਾਂ ਨਾ ਕੁਛ ਦਿੱਤਾ, ਕੁੜੀ ਤੋਰਦੀ ਤਾਂ ਨਾ ਕੁਛ ਦਿੱਤਾ, ਹੈਂ ਦੱਸ ਇਹਨਾਂ ਦੇ ਇਰਾਦੇ ਵਿੱਚ ਹੈ ਕੀ ਆ। ਵਿਚੋਲਣ ਤਾਂ ਬੜੀਆਂ ਵੱਡੀਆਂ ਵੱਡੀਆਂ ਫੜਾ ਮਾਰਦੀ ਸੀਗੀ, ਮੈਨੂੰ ਉਹਦੀ ਗੁੱਤ ਫੜਨੀ ਪੈਣੀ ਆ। ਚੱਲ ਪਹਿਲਾਂ ਪਿੰਦਰ ਨਾਲ ਗੱਲ ਨਾ ਕਰਾਂ ਵੀ ਇਹ ਚਾਹੁੰਦੇ ਕੀ ਆ। ਪਿੰਦਰ ਪਿੰਦਰ ਪੁੱਤ ਪੁੱਤ ਇੱਧਰ ਆ ਮੇਰੀ ਗੱਲ ਸੁਣ। ਇੱਥੇ ਬਹਿ ਮੇਰਾ ਪੁੱਤ। ਦੱਸੋ ਮੈਂ ਮੇਰੀ ਗੱਲ ਸੁਣ। ਸਗਨ ਵੀ ਲਾ ਪਿਆ ਹੈ ਤੇ ਕੁੜੀ ਤੋਰ ਵੀ ਦਿੱਤੀ, ਫਿਰ ਕਿਤੇ ਦਾਜ ਦਾ ਤੇ ਤੀਹ ਲਾਉਣੀਆਂ ਆ ਸਾਡੇ ਘਰ। ਇਹ ਦੱਸ ਮੈਨੂੰ ਵੀ ਗੱਲ ਕੀ ਹੈ ਵਿਚਰੀ। ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਡੇ ਜੀ? ਵੀ ਕਿੱਦਾਂ ਦੀਆਂ ਗੱਲਾਂ ਕਰਨ ਡੇ? ਜਿਹੜੀਆਂ ਗੱਲਾਂ ਵਿਚੋਲਣ ਕਰਦੀ ਸੀ ਉਹਨਾਂ ਤੇ ਇੱਕੋ ਨੀ ਗੱਲ ਪੂਰੀ ਕੀਤੀ, ਇਹ ਚੱਕਰ ਕੀ ਆ? ਮੰਮੀ ਵਿਚੋਲਣ ਦਾ ਕੋਈ ਕਸੂਰ ਨਹੀਂ ਆ, ਮਨਦੀਪ ਮੇਰੇ ਨਾਲ ਗੱਲ ਕਰਦੀ ਹੁੰਦੀ ਸੀ ਨਾ, ਮੈਂ ਹੁਣ ਕਿਹਾ ਸਾਡੇ ਘਰ ਕੋਈ ਚੀਜ਼ ਨੀ ਆਉਣੀ ਚਾਹੀਦੀ। ਤੇਰਾ ਗਰਕ ਜੇ ਬੇੜਾ ਤੇਰਾ ਇਹੋ ਜਿਹੇ ਦਾ ਨੀ, ਮਾੜੀ ਕਿਸਮਤ ਉਤਰੀ ਵੇ ਤੂੰ ਕਿਹੜੇ ਵਾਲੇ ਕਹਿਤਾ ਹੈ? ਕਿਉਂ ਮੰਮੀ ਇੱਥੇ ਕਿਹੜੀ ਚੀਜ਼ ਦੀ ਘਾਟ ਆਪਾਂ ਨੂੰ? ਚੀਜ਼ ਦੀ ਘਾਟ ਤਾਂ ਹੈ ਨੀ ਹੈ, ਤੇ ਸਾਡਾ ਪਿੰਡ ਵਿੱਚ ਨੱਕ ਕਿੱਥੇ ਰਹਿਣਾ ਵਾ? ਲੋਕਾਂ ਇਹ ਨੀ ਕਹਿਣਾ ਵੀ ਕੱਲਾ ਕੱਲਾ ਪੁੱਤ ਸੀਗਾ ਤੇ ਕੀ ਦਿੱਤਾ, ਐਡੇ ਰਹਿ ਗਏ ਸੀਗੇ ਨਗੱਲੇ ਘਰ ਵਿਆਹ ਛੱਡਿਆ। ਵੇ ਤੁਹਾਡੀ ਇੱਜ਼ਤ ਬਾਰੇ ਤਾਂ ਸੋਚ ਲੈਂਦਾ, ਚੁੱਪ ਕਰਕੇ ਗੱਲਾਂ ਕਰਦਾ ਰਿਹਾ ਪਹਿਲਾਂ ਹੀ ਉਹਨਾਂ ਦੇ ਨਾਲ। ਉਹ ਮੰਮੀ ਸਗੋਂ ਲੋਕਾਂ ਤੁਹਾਡੀ ਸਿਫਤੀ ਕਰਨੀ ਹੈ ਵੀ ਇਹਨਾਂ ਕੁਝ ਲਿਆ ਨਹੀਂ ਆ। ਹੋ ਗਈਆਂ ਸਿਫਤਾਂ, ਸਿਰ ਚ ਸਵਾਹ ਪਵਾਤੀ ਓ ਤੂੰ ਤੇ ਹੈ, ਮੈਨੂੰ ਕੀ ਪਤਾ ਸੀ ਮੂੰਹ ਦਾ ਮਿੱਠਾ ਬਣ ਬਣ ਕੇ ਸਾਰੇ ਨਾਲ ਪਹਿਲਾਂ ਪੱਕੀਆਂ ਪਕਾ ਲਈਆਂ ਸੀਗੀਆਂ, ਤੇ ਥੋੜਾ ਬਹੁਤਾ ਆਪਣੇ ਮਾਂ ਪਿਓ ਦਾ ਵੀ ਸੋਚ ਲੈਂਦਾ। ਜਾਣ ਦੇ ਮੰਮੀ ਹਾਏ ਹੋ ਜਿਹਾ ਨਹੀਂ ਗੱਲਾਂ ਕਰੀ ਦੀਆਂ ਹੁੰਦੀਆਂ, ਉਹ ਤੁਸੀਂ ਦਾਜ ਨਾ ਵਰਤਣਾ ਏ। ਹੋਰ ਕਦੋਂ ਨਾ ਵਰਤਣਾ ਵੇ, ਤੈਨੂੰ ਨੀ ਸਮਝ ਇਹਨਾਂ ਗੱਲਾਂ ਦੀ, ਠੀਕ ਆ ਨਾ? ਤੈਨੂੰ ਤੇ ਬਸ ਇੰਨਾ ਵਾ ਕਿ ਸੋਹਣੀ ਵੋਟੀ ਮਿਲ ਗਈ ਆ ਤੇ ਬਸ ਠੀਕ ਠਾਕ ਆ, ਨੱਕ ਤੇ ਮੈਂ ਦੇਣਾ ਵਾ ਸ਼ਰੀਕਾਂ ਦੇ ਵਿੱਚ ਹੈਂ, ਤੈਨੂੰ ਨੀ ਪਤਾ ਇਹਨਾਂ ਗੱਲਾਂ ਦਾ, ਮਨ ਸਾੜ ਕੇ ਰੱਖਤਾ ਈ ਓ ਮੇਰਾ ਤੂੰ। ਮੰਮੀ ਇਹ ਤੁਸੀਂ ਜਾਣੋ ਤੁਹਾਡਾ ਕੰਮ। ਵੀ ਉਹ ਜਿਹੜੀ ਨਖੱਤੀ ਵਿਚੋਲਣ ਵਾ ਐਡੀਆਂ ਐਡੀਆਂ ਫੜਾ ਮਾਰਦੀ ਸੀਗੀ, ਢਾਈ ਤਿੰਨ ਕਿੱਲੇ ਆ ਤੁਹਾਡੇ ਪੁੱਤ ਦੇ ਹੀ ਆ ਹੈਂ, ਤੇ ਤੂੰ ਕਿਤੇ ਮਿੱਠੀਆਂ ਫਿੱਕੀਆਂ ਕਰਕੇ ਆਪਣੇ ਸਹੁਰੇ ਨਾਲ ਵੀ ਤਾਂ ਨੀ ਕਹਿਤਾ ਵੀ ਨੀ ਮੈਨੂੰ ਚਾਹੀਦੇ। ਮੰਮੀ ਮੈਂ ਇਸ ਚੀਜ਼ ਬਾਰੇ ਕੁਝ ਨੀ ਸੋਚਿਆ, ਉਹ ਉਹਨਾਂ ਦੀ ਤੇ ਉਹਨਾਂ ਕੋਲ ਹੀ ਰਹੇਗੀ, ਤੁਸੀਂ ਮੁੰਡਾ ਕੁੜੀ ਨਾਲ ਵਿਆਹ ਤੇ ਪਿਆਰੀ ਨਾਲ ਵਿਆਹ ਅੱਜ ਵੀ ਪਿਆਰੀ ਨਾਲ ਹੀ ਵਿਆਹ ਵਾ, ਠੀਕ ਵਾ ਨਾ? ਢਾਈ ਤਿੰਨ ਕਿੱਲੇ ਆ, ਉਹਦਾ ਕਿਹੜਾ ਕੋਈ ਭੈਣ ਭਰਾ ਵਾ, ਸਾਡੇ ਘਰ ਹੀ ਆਉਣੀ ਆ, ਤੇ ਕਿਤੇ ਤੂੰ ਨਾ ਕਹਿੰਦੀ ਆਪਣੀ ਜ਼ੁਬਾਨ ਵਿੱਚ ਆਉਂ ਵੀ ਮੈਨੂੰ ਪਿਆਰੀ ਨਹੀਂ ਕੀ ਚਾਹੀਦੀ, ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਕਰਦਾ। ਮੈਂ ਮੰਮੀ ਮੈਂ ਮੰਗਣੀ ਵੀ ਹੈ ਨਹੀਂ, ਉਹ ਆਪਣੇ ਆਪ ਆਪਣੀ ਧੀ ਨੂੰ ਦੇਣ ਜਾਂ ਨਾ ਦੇਣ। ਦੇਣ ਚ ਨਾ ਦੇਣ, ਹੁਣ ਤੇਰੀ ਭੈਣ ਵਿਆਹੀ ਤੇ ਕੀ ਨਹੀਂ ਦਿੱਤਾ ਆਪਾਂ, ਦਾਜ ਦਾ ਸਾਰਾ ਘਰ ਭਰ ਕੇ ਆਏ ਸੀ, ਦੋ ਟਰੱਕ ਖੜੇ ਦਾਜ ਦੇ ਹੈਂ, ਤੇ ਬੱਲੇ ਬੱਲੇ ਹੋ ਗਈ ਸਾਰੇ ਪਿੰਡ ਵਿੱਚ,
ਤੇ ਤੈਨੂੰ ਅਕਲ ਕਦੋਂ ਆਉਣੀ ਆ? ਆਪਣੇ ਘਰ ਤੇਰੇ ਚਵਾਣੀ ਦੀ ਚੀਜ਼ ਨੀ ਗਈ ਆਈ, ਸ਼ਰਮ ਨੀ ਆਉਂਦੀ? ਮੰਮੀ ਰੱਖਣਾ ਕਿੱਥੇ ਇੰਨਾ ਕੁਝ, ਹੈਗਾ ਥਾਂ ਰੱਖਣ ਨੂੰ ਕਿਤੇ? ਵੇ ਮੈਂ ਰੱਖ ਲੈਣਾ ਸੀ, ਐਵੇਂ ਦੇਣ ਵਾਲੇ ਤੇ ਬਣਦੇ ਆ। ਚੰਗੀ ਕਰਤੂਤ ਕੀਤੀ ਸੋਹਣੀ ਉਹਨਾਂ ਨੇ, ਨੱਕ ਡੋਬ ਕੇ ਰੱਖਤਾ ਈ ਉਹ। ਇਹੋ ਗੱਲ ਕਰਨ ਨੂੰ ਆਈ ਮਾਰੀ ਸੀ? ਆਹੋ ਤੇ ਮਾਰਨੀ ਨੀ, ਆਂਦਰਾ ਪਾਲਡੀਆਂ ਮੇਰੀਆਂ। ਜੇ ਇਹੋ ਜੀ ਗੱਲ ਗਾਂ ਤੂੰ ਕਰਨੀ ਮੈਨੂੰ ਨਾ ਬੁਲਾਇਓ। ਤੈਨੂੰ ਨਾ ਬੁਲਾਇਓ। ਆ ਚਾਹ ਮੇਰੀ ਪਈ ਨਾ। ਆਹੋ ਲੈ ਜਾ ਪੀ ਲਾ ਜਾ ਕੇ, ਜਾ ਝੁਲਸਲਾ। ਮਾਂ ਦਾ ਤਾਂ ਸੜ ਤੱਕ ਲੈ ਜਾ ਤੈਨੂੰ ਖੱਤਿਆ, ਕਿੱਦਾਂ ਮਿੱਠੀਆਂ ਫਿੱਕੀਆਂ ਕਰਦਾ ਰਿਹਾ ਸਹੁਰੇ ਆਪਣੇ ਦੇ ਨਾਲ। ਇੱਥੇ ਡੈਡੀ ਜੀ ਸਾਨੂੰ ਕੁਛ ਨੀ ਚਾਹੀਦਾ, ਕੁੜੀ ਕੁੜੀ ਚਾਹੀਦੀ ਆ, ਕਿੱਦਾਂ ਚੰਗਾ ਬਣ ਬਣ ਬਹਿੰਦਾ ਵਾ। ਕੋਈ ਗੱਲ ਨੀ, ਇਹਨਾਂ ਦੇ ਵਿੱਚੋਂ ਕੱਢੋ ਪਿਆਲੀ, ਵੇਖੀ ਸਹੀ ਤੂੰ, ਮੇਰਾ ਨਾਂ ਵੀ ਜੀਵਨ ਆ। ਅੰਤਰਾ ਮੇਰੇ ਕਰਮਾਂ ਚ ਨਾ ਕਿਤੇ ਔਲਾਦ ਦਾ ਸੁਖ ਹੀ ਹੈਨੀ ਗਾ, ਜੇ ਕੁੜੀ ਹੋ ਤੇ ਉਹ ਨੀ ਉੱਥੇ ਵਸੀ। ਉਹ ਮੈਂ ਤੈਨੂੰ ਬਾਹਰ ਲੱਭਣਾ, ਮੈਂ ਚਾਹ ਘੁੱਟ ਪੀਣਾ ਵਾ। ਚਾਹ ਪੀਣਾ? ਤੁਹਾਨੂੰ ਕਿਸੇ ਨੇ ਚਾਹ ਦਿੱਤੀ? ਤੂੰ ਇੱਥੇ ਕਾਹਦੀ ਬੁੜਬੁੜ ਕਰੀ ਜਾਣ ਡਈ? ਬੁੜਬੁੜ ਕਰੀ ਜਾਣ ਡਈ ਆ ਨਾ, ਬੁੜਬੁੜ ਕਾਹਦਾ ਕਰਨਾ ਵਾ? ਆ ਸੁਣ ਲਓ ਫਿਰ ਤੁਸੀਂ, ਆੜਾ ਤੁਹਾਡਾ ਲਾਡਲਾ ਵਾ, ਮੈਂ ਤਾਂ ਡੀਕੀ ਜਾਨੀ ਆ ਵੀ ਅੱਜ ਨੀ ਦਾਜ ਆਇਆ ਤੇ ਚੱਲ ਕੱਲ ਨੂੰ ਆਜੂਗਾ, ਤੇ ਸਾਰੇ ਹੀ ਦਿਨ ਲੰਘ ਗਏ ਤੇ ਦਾਜ ਆਉਣ ਤਰ੍ਹਾਂ ਮਾਸਾ ਨੀ ਆਇਆ। ਤੇ ਜੇ ਇਹਨੂੰ ਮੈਂ ਪੁੱਛਿਆ ਅੱਜ ਬਿਠਾਲ ਕੇ ਵੀ ਪੁੱਤ ਉਹਨਾਂ ਦਿੱਤਾ ਕੁਛ ਨੀ, ਵਿਚੋਲਣ ਤੇ ਬੜੀਆਂ ਫੜਾ ਮਾਰਦੀ ਸੀਗੀ, ਤੇ ਪਤਾ ਮੈਨੂੰ ਕੀ ਆਂਦਾ ਮੂੰਹ ਬਣਾ ਸਵਾਰ ਕੇ। ਮੰਮੀ ਜੀ ਜਦੋਂ ਮੈਂ ਗੱਲ ਕਰਦਾ ਹੁੰਦਾ ਸੀ ਨਾ, ਮੈਂ ਆਪੇ ਕਹਿਤਾ ਸੀ ਨਵ ਦੇ ਡੈਡੀ ਨੂੰ ਵੀ ਸਾਡੇ ਘਰ ਚ ਸਭ ਕੁਛ ਹੈਗਾ ਵਾ, ਸਾਨੂੰ ਕੁਛ ਨੀ ਚਾਹੀਦਾ। ਮੈਨੂੰ ਤੇ ਲੱਗ ਅੱਗ ਗਈ ਸੁਣ ਕੇ ਵੀ ਖੱਤਿਆ ਤੇਰੇ ਵਾਸਤੇ ਮੈਂ ਪਾਪੜ ਵੇਲਣ ਡਈ ਆ, ਤੇ ਤੂੰ ਬੜਾ ਚੰਗਾ ਬਣਦਾ ਫਿਰਨਾ ਗਾਂ ਗਾਂ ਹੋ ਕੇ। ਉਹ ਮੇਰੀ ਗੱਲ ਸੁਣ, ਤੂੰ ਦਾਜ ਨੂੰ ਰੋਈ ਜਾਂਦੀ ਆ, ਇਹ ਆ ਵੀ ਤੇਰੀ ਨੂੰਹ ਚੰਗੀ ਆ? ਨੂੰਹ ਦਾ ਵੀ ਮੈਂ ਕੀ ਵੇਖ ਲਿਆ ਚੰਗ ਪੁਣਾ ਹੈ? ਜਿਹੜੇ ਕੰਮ ਨੂੰ ਰਿਸ਼ਤਾ ਕੀਤਾ ਸੀ ਉਹ ਤੇ ਇੱਕ ਚੀਜ਼ ਨੀ ਸਾਡੇ ਘਰ ਆਈ, ਤੇ ਉੱਤੋਂ ਵੇਖੋ ਜੇ ਮੈਂ ਕਿਹਾ ਵੀ ਪਿਆਲੀ ਉਹਨਾਂ ਦੀ 2.5 ਕਿੱਲੇ ਹੈਗੀ ਆ ਤੇ ਚੱਲ ਉਹ ਤੇ ਆਊਗੀ ਨਾ। ਮੇਰੀ ਗੱਲ ਸੁਣ, ਤੂੰ ਵੀ ਆਪਣੀ ਕੁੜੀ ਨੂੰ ਦਾਜ ਦਿੱਤਾ ਸੀ ਨਾ, ਤੇ ਉਹ ਕੀ ਉੱਥੇ ਵਸਣ ਦੀ ਚੰਗੀ ਭਲੀ? ਤੇ ਦਿੱਤਾ ਤਾਂ ਹੈ ਨਾ, ਨੱਕ ਤੇ ਉੱਚਾ ਹੀ ਆ ਨਾ ਸਾਡਾ, ਤੇ 2 ਲੱਖ ਲੈ ਕੇ ਗਏ ਸੀ ਉੱਥੇ, ਬੱਲੇ ਬੱਲੇ ਹੋਈ ਸੀ ਕਿ ਨਹੀਂ ਹੋਈ ਦੱਸੋ ਮੈਨੂੰ। ਬੱਲੇ ਬੱਲੇ ਆਹੋ, ਖੋਤਾ ਹੀ ਖੂਹ ਚ ਪਾ ਛੱਡਿਆ ਜੇ ਤੁਸੀਂ। ਤੇ ਹੁਣ ਜਾਂਦੀ ਕਿਉਂ ਨੀ ਫਿਰ ਇੱਥੋਂ? ਆਪੇ ਚੱਲ ਜੂਗੀ, ਆ ਜਾ ਕੇ ਮੇਰੀ ਧੀ ਦੇ ਪੇਸ਼ ਪੈ ਜਾਂਦੇ ਆ, ਜਿਹੜੀ ਗੱਲ ਮੈਂ ਕਰਦੀ ਮੁੱਦੇ ਦੀ ਉਹ ਗੱਲ ਕਰੋ ਮੇਰੇ ਨਾਲ। ਹੁਣ ਮੈਂ ਕੀ ਉਹਨੂੰ ਆਖਾਂ ਵਧਾਈ ਲਿਆ? ਦਾਜ ਲਿਆ? ਕੰਮ ਸੇ ਕੰਮ ਆਪਣੇ ਪੁੱਤ ਦੇ ਕੰਨ ਚ ਖਿੱਚੋ ਜਾ ਕੇ, ਕੰਨ ਖਿੱਚੋ। ਤੂੰ ਹੱਟ ਤੋਂ ਬਿਨਾਂ ਗੱਲ ਕੀਤੀ ਤੇ ਕੀਤੀ ਕਿੱਦਾਂ? ਉਹ ਮੇਰੀ ਗੱਲ ਸੁਣ ਲਾ, ਦਾਜ ਨੂੰ ਮਾਰ ਗੋਲੀ ਤੇ ਪਰਮਾਤਮਾ ਕੜੇ ਹੱਥ ਜੋੜਿਆ ਕਰ ਵੀ ਸੱਚਾ ਪਾਤਸ਼ਾਹ ਸਾਡੀ ਨੂੰਹ ਚੰਗੀ ਹੋਵੇ, ਸਾਨੂੰ ਰੋਟੀ ਪਾਣੀ ਮੰਜੇ ਤੇ ਦਿਆ ਕਰੇ। ਮੰਜੀ ਦੇ ਦਿਆ ਕਰੇ ਰੋਟੀ ਪਾਣੀ? ਉਹ ਨਾਲੇ ਦੱਸਾਂ ਗੱਲ ਕੀ ਆ, ਉਹ ਚੋਰੇ ਮਹਾਤਮ ਜਿਹੇ ਦੇ ਬੰਦੇ ਆ, ਉਹਨਾਂ ਦੇਣਾ ਕੀ ਸਾਨੂੰ? ਦੇਣਾ ਕੀ ਸਾਨੂੰ? ਉਦੋਂ ਫੜਾ ਕੋ ਮਾਰਦੀ ਵੀ ਚੋਲਣਾ ਆਣ ਕੇ। ਨਹੀਂ ਮੇਰੀ ਗੱਲ ਸੁਣ, ਤੂੰ ਤੀਜਿਆਂ ਦਾ ਬੜਾ ਦਾਜ ਕਰਾਉਂਦੇ ਤੇ ਤੂੰ ਵੀ ਲੈ ਕੇ ਆਈ, ਸੜੀ ਇੱਕ ਪੇਟੀ ਮੇਰੇ ਮੱਥੇ ਮਾਰੀ ਉਹਨਾਂ ਨੇ। ਮੱਥੇ ਮਾਰੀ ਤੁਹਾਡੇ ਪੇਟੀ ਨਾ, ਮੈਨੂੰ ਮੇਰੇ ਮਾਰਨ ਡੈ ਪਿਆ ਕਰੋ ਚੰਗਾ, ਆਣ ਕੇ ਸਭ ਕੁਛ ਮੈਂ ਹੀ ਬਣਾਇਆ ਵਾ। ਤੂੰ ਬਣਾਇਆ ਤੇ ਮੇਰੇ ਤੇ ਉਜੜੇ ਹੈ ਹੈ, ਤੂੰ ਐਂ ਤੇ ਘਰ ਵਸਿਆ ਹੈ? ਆਹੋ ਆਉਣ ਨਾਲ ਹੀ ਵਸਿਆ ਵਾ, ਜਦੋਂ ਦੀ ਆਈ ਆ ਤੇ ਇੱਕ ਇੱਕ ਚੀਜ਼ ਬਣਾਤੀ ਕਰਦੀ, ਦੱਸੋ ਕਿਹੜੀ ਚੀਜ਼ ਹੈ ਨਹੀਂ ਅਕਲ ਵਾਲੀ ਹੈਗੀ, ਏਦਾਂ ਨਹੀਂ ਮੈਂ। ਮੇਰੀ ਸੁਣ ਲਾ ਗੱਲ, ਚੁੱਪ ਕਰਕੇ ਤੇ ਆਪਣਾ ਟੈਂਟ ਪਾ ਲਾ, ਜੇ ਹੁਣ ਦਾਜ ਦੀ ਗੱਲ ਕੀਤੀ ਤੇ ਮੇਰੇ ਤੋਂ ਬੁਰਾ ਕੋਈ ਨੀ ਤਾਂ ਦੱਸਾਂ ਗੱਲ। ਆਖੇ ਨੀ ਉਹ ਲੱਗਦੀਆਂ, ਉਹ ਵੇਖੋ ਇਹ ਦਾਜ ਨੂੰ ਰੋਈ ਜਾਂਦੀ ਆ, ਇੰਨਾ ਨੀ ਵੀ ਮੇਰੀ ਨੂੰਹ ਚੰਗੀ ਹੋਵੇ ਹੈ ਤੇ ਦਾਜ ਹੀ ਫੂਕਣਾ ਵਾ, ਇਹਦਾ ਹੋ ਗਿਆ ਦਿਮਾਗ ਖਰਾਬ ਜੀਵਨ ਦਾ। ਪਰਮ ਨੇ ਕਿੱਧਰੋਂ ਫੋਨ ਲਾਤਾ ਵਾ ਮੈਨੂੰ, ਦਿਲ ਤਾਂ ਮੇਰਾ ਕਰਨ ਨਹੀਂ ਦਿਆ ਚੱਕਰ ਨੂੰ, ਪਰ ਚੌਕੀ ਲੈਣੀ ਆ, ਕੀ ਪਤਾ ਕੀ ਕਹਿਣਾ। ਹੈਲੋ, ਹਾਂਜੀ,
ਆ ਗਿਆ ਵਾ ਚੇਤਾ ਤੁਹਾਨੂੰ? ਹੁਣ ਵੀ ਰਹਿਣ ਦੇਣਾ ਸੀ ਫੋਨ ਲਾਉਣ ਨੂੰ, ਕੀ ਲੋੜ ਸੀਗੀ? ਬੇਇੱਜ਼ਤੀ ਕਰਾ ਕੇ ਮੇਰੀ ਵਾਧੂ ਦੀ ਰੱਖ ਦਿੱਤੀ। ਇੰਨੇ ਪਿਆਰ ਨਾਲ ਮੰਮੀ ਹੁਣੀ ਤੁਹਾਨੂੰ ਇੱਥੇ ਕਾਰਡ ਦੇ ਕੇ ਗਏ, ਜੇ ਮੈਂ ਨਹੀਂ ਸੀ ਹੈਗੀ ਤਾਂ ਤੁਸੀਂ ਨਹੀਂ ਆ ਸਕਦੇ। ਕੱਲਾ ਕੱਲਾ ਤੁਹਾਡਾ ਸਾਲਾ ਆ, ਉਹਦਾ ਵਿਆਹ ਸੀਗਾ, ਤੁਸੀਂ ਆ ਨਹੀਂ ਸਕਦੇ? ਦੱਸੋ, ਬੇਇੱਜ਼ਤੀ ਕਰਾ ਕੇ ਰੱਖਤੀ ਮੇਰੀ ਵਾਧੂ ਦੀ ਇੱਥੇ। ਹੁਣ ਨਾ ਮੈਨੂੰ ਲੈਣ ਆਇਓ, ਮੈਂ ਨਹੀਂ ਆਉਣਾ ਹੈਗਾ। ਜੋ ਮਰਜ਼ੀ ਕਰੋ, ਮੈਂ ਨਹੀਂ ਆਉਂਦੀ ਹੁਣ, ਮੈਂ ਤਾਂ ਇੱਥੇ ਰਹੂੰ ਆਪਣੇ ਘਰ ਹੀ। ਜੇ ਤੁਸੀਂ ਕਿਸੇ ਦੇ ਉੱਦਾਂ ਨਹੀਂ ਆਖੇ ਲੱਗਣਾ ਤਾਂ ਫਿਰ ਇੱਥੇ ਕੀ ਕਰਨ ਆਉਣਾ ਵਾ? ਇੱਥੇ ਵੜਿਓ ਵੀ ਨਾ ਹੁਣ ਤੁਸੀਂ। ਚੰਗਾ, ਹੱਦ ਹੋਈ ਆ, ਹੁਣ ਮੈਂ ਤੈਨੂੰ ਲੈਣ ਆਉਂਦਾ ਵਾਂ, ਮੈਨੂੰ ਕੀ ਕਰਨਾ ਉੱਥੇ ਲੈ ਕੇ ਜਾ ਕੇ ਦੱਸ? ਬੇਇੱਜ਼ਤੀ ਮੇਰੀ ਕਰਾ ਕੇ ਰੱਖ ਦਿੱਤੀ ਆ, ਸਾਰੇ ਰਿਸ਼ਤੇਦਾਰ ਪੁੱਛਣ ਡੇ, ਤੇਰਾ ਘਰ ਵਾਲਾ ਨਹੀਂ ਆਇਆ ਗਾ, ਉਹ ਨਹੀਂ ਆਏ ਤੇਰੇ ਸਹੁਰੇ, ਮੈਂ ਕੀ ਦੱਸਾਂ ਵੀ ਇਹਨਾਂ ਦੀ ਕਰਤੂਤ ਹੀ ਹੈ ਨਹੀਂ ਗੀ ਚੰਗੀ।